ਗੁਜ਼ਰੀ ਵਗੈਰਾ ਉਹ ਤੁਹਾਡੀ ਜ਼ਿੰਮੇਵਾਰੀ। ਬੱਚੇ ਦਾ ਕੋਈ ਨੁਕਸ ਹੋਵੇ, ਕੋਈ ਹੋਵੇ, ਕੋਈ ਐਸਾ ਮਸਲਾ ਬੱਚਾ ਪੈਦਾ ਨਾ ਕਰੇ, ਮੈਂ ਜ਼ਿੰਮੇਦਾਰ ਹਾਂ। ਤੁਹਾਨੂੰ ਪਤਾ ਮੇਰਾ ਹਰ ਪਾਸੇ ਇਹ ਕਾਰੋਬਾਰ, ਹਾਂ ਮੇਰਾ 24 ਘੰਟੇ ਕੰਮ। ਬੱਚੇ ਦਾ ਤਸੱਲੀ ਤੁਸੀਂ ਗੁਜ਼ਰੀ ਵੈੜ, ਅਗਰ ਕੋਈ ਤੁਸੀਂ ਤਸੱਲੀ ਦੇ ਸਕਦੇ 1 ਲੱਖ ਰੁਪਏ ਜੁਰਮਾਨਾ ਵੀ ਨਾ ਦੇ ਸਕਦੇ। ਹਾਂ ਬਿਲਕੁਲ, ਇਹ ਜਿਹੜੀ ਇਹ ਵੈੜੀ ਖਲੋਤੀ ਬਿਲਕੁਲ ਲਾ ਕੇ ਜਾਓ ਤੇ ਸੈਮੀਨੇਟ ਕਰਵਾ ਲਿਓ। ਵਿੱਚ 4-5 ਬੱਚੀਆਂ ਜਿਹੜੀ ਹੁਣ ਜਾਂਦਾ 20 ਖਾਲ ਬਣ ਸੀ ਮਾਸ਼ਾਅੱਲਾ ਸੇ ਬਲੈਕ ਥਨ ਮੈਂ ਐਲੇ ਚੈੱਕ ਕਰਵਾ ਸਟੀ ਇਹਨਾਂ ਬਸ ਠੀਕ ਠੀਕ ਹੈ। ਅਸਲਾਮ ਅਲੈਕੁਮ ਨਾਜ਼ਰੀਨ, ਕੈਸੇ ਹੋ, ਉਮੀਦ ਕਰਤਾ ਹੂੰ ਸਭ ਖੈਰ ਖਰੀਆ ਸੇ ਹੋਂਗੇ। ਦੋਸਤੋ ਆਜ ਇਸ ਟਾਈਮ ਮੈਂ ਮੌਜੂਦ ਹੂੰ ਮੱਲੂ ਮੋੜ ਮਵੈਸ਼ੀ ਮੰਡੀ ਜੰਗ ਮੈਂ। ਇਹ ਮੰਡੀ ਹਰ ਹਫ਼ਤਾ ਵਾਰ ਕਰ ਲਗਤੀ ਹੈ। ਮੰਡੀ ਕੀ ਜੋ ਲੋਕੇਸ਼ਨ ਹੈ ਫੈਸਲਾਬਾਦ ਬਾਈਪਾਸ ਕੇ ਬਿਲਕੁਲ ਕਰੀਬ ਹੈ, ਪਾਲਮ ਵਿਲੇਜ ਹੈ ਉਸਕੇ ਸਾਥ ਲਗਤੀ ਹੈ। ਤੋ ਆਪ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਮੱਲੂ ਮੋੜ ਜਾਨਵਰ ਮੰਡੀ, ਮੈਂ ਆਪਕਾ ਪਿਆਰਾ ਭਾਈ ਇਬਰਾਰ ਹੁਸੈਨ। ਆਜ ਮੈਂ ਬੱਚੀਆਂ ਕੀ ਤਫਸੀਲੀ ਵੀਡੀਓ ਬਣਾਊਂਗਾ, ਬੜੀ ਬੱਚੀਆਂ ਕੀ ਖੀਰੀ ਔਰ ਦੁੰਦੀ ਬਿਲਕੁਲ ਸੈਮੀਨੇਸ਼ਨ ਕੇ ਕਰੀਬ ਬੱਚੀਆਂ ਜੋ ਹੋਤੀ ਹੈ ਉਨਕੀ ਵੀਡੀਓ ਬਣਾਊਂਗਾ। ਇੰਪੋਰਟਡ ਔਰ ਫਰੀਜ਼ੀਅਨ ਆਸਟ੍ਰੇਲੀਅਨ ਜਰਸੀ ਕ੍ਰਾਸ ਮੇਂ ਜੋ ਬੱਚੀਆਂ ਹੋਤੀ ਹੈ ਉਨਕੀ ਮੈਂ ਵੀਡੀਓ ਬਣਾਊਂਗਾ, ਇੱਕ ਤਫਸੀਲੀ ਵੀਡੀਓ ਹੋਗੀ। ਆਪਣੇ ਵੀਡੀਓ ਸਕਿਪ ਨਹੀਂ ਕਰਨੀ, ਵੀਡੀਓ ਆਪਣੇ ਆਖਰ ਤੱਕ ਦੇਖਣੀ, ਇਨਸ਼ਾਅੱਲਾ ਆਪਕਾ ਸ਼ੌਕ ਵੀ ਪੂਰਾ ਹੋਗਾ। ਔਰ ਮੰਡੀ ਕੀ ਆਜ ਕਿਆ ਰੂਟੀਨ ਹੈ, ਮੱਲੂ ਮੋੜ ਮੰਡੀ ਮੈਂ ਆਜ ਮਾਲ ਵੀ ਬਹੁਤ ਜ਼ਿਆਦਾ ਆਇਆ ਥਾ ਔਰ ਗਾਹਕ ਮਾਲ ਕੀ ਨਿਸਬਤ ਬਹੁਤ ਕਮ ਥੇ। ਬਾਕੀ ਵੀਡੀਓ ਆਪਣੇ ਸਕਿਪ ਨਹੀਂ ਕਰਨੀ, ਵੀਡੀਓ ਆਪਣੇ ਕਮੈਂਟ ਮੈਂ ਆਪਣੀ ਰਾਏ ਕਾ ਇਜ਼ਹਾਰ ਜ਼ਰੂਰ ਕੀਜੀਏਗਾ। ਤੋ ਵੀਡੀਓ ਸ਼ੁਰੂ ਕਰਤੇ ਹੈ, ਕਿਸੀ ਪਹਿਲੇ ਬਾਈਕ ਕੇ ਪਾਸ ਜਾਤੇ ਹੈ, ਉਸਸੇ ਪਹਿਲੇ ਛੋਟੀ ਸੀ ਰਿਕਵੈਸਟ ਹੈ, ਅਗਰ ਚੈਨਲ ਪਰ ਪਹਿਲੀ ਦਫਾ ਹੋ ਤੋ ਚੈਨਲ ਕੋ ਸਬਸਕ੍ਰਾਈਬ ਕਰ ਲਓ, ਸਾਥ ਲਗੇ ਬੈਲ ਆਈਕਨ ਕੋ ਲਾਜ਼ਮੀ ਪ੍ਰੈਸ ਕਰ ਲੈਣਾ। ਤੋ ਵੀਡੀਓ ਸ਼ੁਰੂ ਕਰਤੇ ਹੈ, ਜ਼ੈਨ ਬਾਈਕ ਕੇ ਪਾਸ ਇੱਕ ਲਾਡ ਖੜੀ ਹੈ, ਇਸਕੀ ਇੱਕ ਤਫਸੀਲੀ ਵੀਡੀਓ ਬਣਾਤੇ ਹੈ ਜ਼ੈਨ ਬਾਈ ਸੇ, ਇੱਕ ਕੀ ਤਫਸੀਲਾਤ ਆਪਕੇ ਸਾਥ ਸ਼ੇਅਰ ਕਰੇਂਗੇ। ਲਾਸਟ ਮੈਂ ਜ਼ੈਨ ਬਾਈ ਕਾ ਨੰਬਰ ਵੀ ਹੋਗਾ, ਆਪ ਜੋ ਬਛੜੀ ਆਪਕੋ ਪਸੰਦ ਆਏ ਮਾਲਕ ਸੇ ਡਾਇਰੈਕਟ ਰਾਬਤਾ ਕਰਕੇ ਆਪ ਲੈ ਸਕਤੇ ਹੈ। ਅਸਲਾਮੁ ਅਲੈਕੁਮ, ਕਿਆ ਹਾਲ ਹੈ ਜ਼ੈਨ ਬਾਈ? ਅੱਜ ਕਿੰਨੀਆਂ ਬੱਚੀਆਂ ਤੁਹਾਡੇ ਕੋਲ? ਮਾਸ਼ਾਅੱਲਾ 11 ਖਲੋਤੀ ਹੈ, 20 ਦੀ 9 ਸੇਲ ਹੋ ਗਈ ਮੰਡੀ, ਫੇਰੀ ਮੱਠੀ ਹੈ ਮੰਡੀ, ਅੱਜ ਮਾਲ ਬੜਾ ਜ਼ਿਆਦਾ ਹੈ, ਮਾਲ ਜ਼ਿਆਦਾ ਨਹੀਂ, ਮਾਲ ਲੋਕਾਂ ਦੇ ਵਿੱਚ ਸੇਲ ਬੜਾ ਹੋ ਗਿਆ, ਸੇਲ ਤਾਂ ਹੋਇਆ ਲੇਕਿਨ ਮੇਰੀ ਬੱਚੀਆਂ ਵੀ ਲੈਂਦੀ, ਮੈਂ ਉਹਨੂੰ ਮਾਸ਼ਾਅੱਲਾ 20 ਲੈਂਦੀਆਂ ਨੇ, ਹਾਂਜੀ ਇੱਕ ਹੀ ਲੈਂਦੀ ਸਰ, ਹਾਂ ਇੱਕ 12 ਬੜਾ ਫੁੱਟੀ ਹੋਇਆ ਮੇਰੀ, ਉਹ ਗੱਡੀ ਇੱਕੋ ਜੇ ਗੱਡੀ ਦਾ ਬੜਾ ਮਾਰ ਕੇ ਖਲੇ, ਗੱਡੀ ਉਹ ਖਲੋਤੀ ਜੇ ਮੇਰੀ ਤੇ ਇੱਕ ਗੱਡੀ ਮੇਰੀ ਉਹ ਸਾਹਮਣੇ ਖਲੋਤੀ, ਦੋ ਗੱਡੀਆਂ ਸਾਰੀਆਂ ਨਹੀਂ। ਜਿਸ ਟਾਈਮ ਮੈਂ ਸੁਬਹ ਆਇਆ ਮਾਲ ਬੜਾ ਜ਼ਿਆਦਾ ਹੈ, ਹੁਣ ਕੋਈ ਘੱਟ ਲੇਕਿਨ ਮਾਲ ਦੀ ਨਿਸਬਤ ਨਾਲ ਕੁਰਬਾਨੀ ਦਾ ਭਾਵੇਂ ਜ਼ੋਰ ਪੈ ਗਿਆ ਜੀ, ਅਸਲ ਗੱਲ ਮਿਹਨਤ ਤੁਹਾਨੂੰ ਮੈਂ ਦੱਸਾਂ, ਕੁਰਬਾਨੀ ਦਾ ਜ਼ੋਰ ਪੈ ਗਿਆ ਤਾਂ ਵਾਸਤੇ ਨਾ ਉਂਝ ਕੱਟ ਨੂੰ ਅੱਗ ਲੱਗ ਰਹੀ ਜੀ ਭੈਣ, ਮੁੱਲ ਬੜੇ ਹੈਵੀ ਹੋ ਗਏ ਨੇ, ਅੱਖ ਨੂੰ ਮੁੱਲ ਥੋੜੇ ਨੇ, ਮੁੱਲ ਨਹੀਂ ਥੋੜੇ ਆਏ, ਅਤੇ ਸ਼ੁਕਰ ਲਾਉਂਦਾ ਅੱਲਾ ਦਾ ਬੜਾ ਕਰਮ ਹੈ, 21 ਲਿਆਂਦੀ ਸੀ ਮਾਸ਼ਾ 10 ਵੇਚਲੀਆਂ ਨੇ ਅਤੇ 11 ਖਲੋਤੀਆਂ, 11 ਖਲੋਤੀਆਂ, ਇੱਕ ਇੱਕ ਦਾ ਦਰਸ਼ਨ ਕਰਾਉਣਾ, ਪਿਆਰ ਮੁਹੱਬਤ ਵਾਲੇ ਰੇਟ ਦੱਸਣੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਬਈ ਵਾਕਿਆ ਮੰਡੀ ਤੋਂ ਦੂਈਆਂ ਮੰਡੀਆਂ ਤੋਂ ਨਿਸਬਤ ਜ਼ੈਨ ਬਾਈ ਦੇ ਰੇਟ ਘੱਟ ਹੈ। ਪਹਿਲੀ ਬੱਚੀ ਜਰਸੀ ਫਰੀਦ ਐਸ ਤੋਂ, ਇਹ ਦੁੰਦੀ ਹੈ ਖੀਰੀ ਹੈ, ਇੱਕ ਦੁੰਦੀ ਜੀ, ਇਹ ਸਿੰਘ ਕੱਟੇ ਵਾਲੇ ਨੇ, ਟੋਟਲ ਨੇ ਤਿੰਨ ਬੱਚੀ, ਇੱਕ ਦੋ ਵੀ ਤਿੰਨ ਅੱਗੇ, ਹਾਂ ਇਹ ਵਾਲੀ ਪਹਿਲੀ ਕਿਹੜੀ ਨਸਲ 'ਚ? ਇਹ ਆਸਟ੍ਰੇਲੀਆ ਫਰੀਜ਼ਨ ਕਰਾਸ, ਆਸਟ੍ਰੇਲੀਅਨ ਫਰੀਜ਼ਨ ਕਰਾਸ ਜੀ। ਕਿੰਨੀ ਉਮਰ ਹੈ ਇਹ ਬੱਚੀ? ਦੁੰਦੀ 2.5 ਸਾਲ ਦੀ, ਬਸ 2.5 ਸਾਲ ਦੁੰਦੀ ਹੋ ਗਈ, ਠੀਕ ਹੋ ਗਿਆ। ਇਹਦੀ ਕਿਹੜੀ ਡਿਮਾਂਡ ਕਰਦੇ ਹੋ? ਮੁੱਲ 1.85-1.70, ਪਿਆਰ ਮੁਹੱਬਤ ਵਾਲੇ ਰੇਟ, ਤਾਂ ਕਿ ਫਾਇਦਾ ਹੋਣਾ ਚਾਹੀਦਾ, ਮਜ਼ਾ ਵੀ ਪੈਣ, ਪਿੱਛੋਂ ਚੈੱਕ ਕਰਾਓ ਦੂਵੇਂ ਨੰਬਰ ਵਾਲੀ, ਅੱਛਾ ਦੂਵੇਂ ਨੰਬਰ ਵਾਲੀ ਪਈ ਦੁੰਦੀ, ਇਹ ਦੁੰਦੀ ਜੀ, ਠੀਕ ਹੈ। ਇਹ ਕਿਹੜੇ ਨਸਲ 'ਚ? ਜਰਸੀ ਇਹਦੀ, ਫਰੀਜ਼ਨ ਦੇ ਜਰਸੀ ਕ੍ਰਾਸ, ਫਰੀਜ਼ਨ ਜਰਸੀ ਕ੍ਰਾਸ ਜੀ, ਠੀਕ ਹੋ ਗਿਆ। ਬਿਲਕੁਲ ਬਲੈਕ, ਇਹ ਸਿੰਘ ਕੱਟੇ ਹੋਏ ਵਾਲੀ ਜੀ, ਇਹ ਸਿੰਘ ਕੱਟੇ ਵਾਲੀ, ਇਹ ਹੁਣ ਦੂਆ ਪਿਓਰ ਜੈਨੂਅਨ ਮੋਨੀ ਜੀ, ਇਹ ਵਾਲੀ ਖੇੜੀ ਹੈ। ਪੱਲੀ ਦਾ ਮੁੱਲ ਕਿਹੜਾ? ਉਹ ਮੁੱਲ ਕਿਤਨਾ? ਉਹਦਾ ਮੁੱਲ 2.5 ਲੱਖ ਮੰਗਣੇ, 2-10 ਦੀ, 2-10 ਦੀ, ਇਹ ਵਾਲੀ ਇਸ ਮੋਨੀ ਵੇਰ ਦਾ 95। ਫੈਨਾ ਕਿਤਨਾ ਦੀ ਅਸੀਂ? ਫੈਨਾ ਜਦੋਂ ਆਣਗੇ ਕਰ ਲਾਂਗੇ ਕਦਰ, ਪਿਆਰ ਮੁਹੱਬਤ ਹੋ ਜਾਸੇ, ਇਹ ਜੈਨੂਅਨ ਮੋਨੀ ਹੈ ਜੀ। ਆ ਜਰਸੀ, ਇਹ ਸਿੰਘ ਕੱਟੇ ਹੋਏ, ਇਹ ਰਿੰਗ ਚੜੇ ਅੰਦਰ ਪਾਣਾ, ਹਾਂ ਰਿੰਗ ਚੜੇ, ਰਿੰਗ ਦੀ ਕੋਈ ਐਸੀ ਗੱਲ ਨਹੀਂ ਹੁੰਦੀ ਹੈ, ਬਾਕੀ ਕੋਈ ਉਹਨਾਂ ਨੇ ਬਾਅਦ ਸਿੰਘ ਖਰਾਬ ਹੋਣ ਕੀੜੇ ਪਏ ਉਹਦੀ ਗਾਰੰਟੀ ਹੈ, ਮੈਂ ਕਾਰ ਆਣ ਕੇ ਜ਼ਿੰਮੇਦਾਰ ਹਾਂ, ਠੀਕ ਹੋ ਗਿਆ। ਇਹ ਵਾਲੀ ਇਸ ਇਹਦਾ 1.5 ਲੱਖ ਮੰਗ, ਚੀਰੀ ਕਿੰਨੀ ਉਮਰ ਹੈ? 14 11-12 ਦੀ, ਠੀਕ ਠੀਕ ਹੈ। ਇੱਥੇ ਤਸੱਲੀ ਨਾਲ ਵੀ ਖਾਣਾ, ਕਾਦ ਕਾਰਡ ਚੈੱਕ ਕਰ ਲਓ, ਇਹਦੀ ਕਿਹੜੀ ਮੰਗ ਕਰਦੇ ਲੋਕ? ਇਹਦੀ ਇਹ ਦੇਖੇ ਮੁੱਲ ਮੰਗਦੇ ਲੋਕ? 1.5 ਲੱਖ, ਠੀਕ ਹੈ। ਇਹ ਦਿੰਦੀ ਹੈ, ਠੀਕ ਠੀਕ ਹੈ, ਇਹਦਾ ਕੀ ਮੁੱਲ ਮੰਗਦੇ ਪਏ? 2.5 ਲੱਖ ਮੰਗਣੇ ਫਾਈਨਲ ਫਾਈਨਲ ਮੁਹੱਬਤ ਵਾਲੀ, 2-15 ਜਦੋਂ ਆਉਂਦੇ ਕੰਮ ਇਨਸ਼ਾਅੱਲਾ ਕਰੋਗੇ, ਬਿਲਕੁਲ ਇਹ ਸੈਮੀਨੇਸ਼ਨ ਦੇ ਕਰੀਬ ਹੈ ਜੀ, ਆ ਦੇਖੋ ਥੱਲੇ ਦੇਖੋ ਇਹਨੂੰ ਜਾਂਦਾ 20 ਰੁਪਏ, ਠੀਕ ਹੈ, ਸੈਮੀਨੇਸ਼ਨ ਕਰੀਬ ਬਿਲਕੁਲ ਵੈੜੀਆਂ,
چیک کر سکتے ہو ماشاء اللہ سے اے جنون مونی اے کھیری دندی اے دندی ہاں جی ہن تھلو دیکھو ماشاء اللہ تھلو درشن کرو لوگ انشاءاللہ آکھن کے واقعی شیواں لے آ گئے ہیں جڑے کہ تیار ویڑی بالکل سیمینیٹ کرا سکتے لا کے جا کے ٹھیک ہے باقی تسلی بچے دانے دی بالکل تسلی تسلی دے مانگ اندر کوئی ڈورا بنیا ہوئے کوئی نقص ہوئے بچہ پیدا نہ کرے ڈاکٹر پاس کروا کے ڈاکٹر کو چیک کرا کے لے لو ٹھیک ہو گیا ٹھیک ہو گیا پرنٹ چیک کر لو ماشاءاللہ ہائی لینڈ چیک کر لو پہلے میں ریٹ اس لیے اے فنل فنل کتنے دیو جاسی بھائی دا 2.5 لاکھ منگنے کھیری منہ تے اے تانوں 2 لاکھ 15 ہزار اے کھیری ہے ماشاءاللہ ماشاءاللہ کھیری ٹھیک ہو گیا اے علی اے بچی ایک دن دو دن کرے ٹھیک ہے اے دندی ہون دی بھائی ٹھیک ہے ہائی لینس ماشاء اللہ سے چیک کر لو تسلی سے چیک کرو یہ کہڑی مان کر دینا ایک پچاسی یہ علی آخری جرسی کراس جرسی فریزین ماشاء اللہ سے یہ بچڑی چیک کرو ایک برانڈ کوالٹی والی چیز ہے یہ کھیری ہے ہائی لینس چیک کرو یہ کہڑی مان کر دینا ایک ستر فائنل پیار محبت زین بھائی گل ہے بھائی اتنے جڑے ریٹ ہیں ہو گئے اگر کوئی موقع تم سی تے اس ہٹ دے آ جائے ان شاء اللہ تعالی پراواں دا انہاں کو قدر کران گے ڈوڈی کھاواں گے چائے کھاواں گے جنی ساڈی او تے جے نصیب ہے جتھے ہوندے نے روزی او ملدی ہے باقی تساں سودا لینا سی کو کٹ لینا سی قدر کر کے باقی ڈاکٹر پاس تسلی بچے دانے دی تسلی کوئی خسری وغیرہ او تہاڈی ذمہ داری بچے دا کوئی نقص ہوے کوئی سولی ہوے کوئی ایسا مسئلہ بچہ پیدا نہ کرے میں ذمہ دار نمبر اپنا دسیا ٹھیک ہے پراواں شوق چاہیدا ہوے شوق کرنا ہوے شوق کرو لینی ہے من تے انشاءاللہ پرا تابے دار تے کیڑی کیڑی منی وزٹ کردے ہو اسی بھائی جان سرگوتا بہتا سرگوتا جانے ہاں جی ہاں پشاپ پلوال تے شاپو گنج کریندے ہو لاؤ شاپو گنج ماشاءاللہ سدا کارو پر وچھے دا ہوندا ٹھیک ہے وچھے چوک آدم بہنے پول کمری بہنے لڈن بہنے تے اپ لو پوری ٹھیک ہو گیا ٹھیک ہو گیا مہربانی انشاءاللہ تعالی پرا دا قدر کران گے پرا کے دا واقعی شیواں دی پیے کوئی دو نمبر نہ کران گے میرا اے واٹس ایپ نمبر جے ایک ہور نمبر لکھو 0322 1592 215 میرا پرا اے گا انشاءاللہ 10000 15000 قدر کرے جو باقی ڈاکٹر پاس بالکل بچیاں تسلی والی بچیاں دے سر موقع تے لے کے جے ساڈے ایمانداری تے لے کے جاؤ گے انشاءاللہ ایمانداری نال اپ خود چیک کراواں گے جن دے بچے دا نقص ہویا میں ذمہ دار ٹھیک ہو گیا ٹھیک ہو گیا انشاءاللہ تعالی بھراواں نے تاں کرن کے لوگ آکھن کے واسطے سے تاں میرے مال دی تسلی کر لو میرا مال سارا وڈا ٹھیک ہو گیا تسلی دوبارہ کروا دینا ایک واری ماشاء اللہ سے ساروں کی پہلے فیس کوالٹی ادھر سے میں آپ کو چیک کروا رہا ہوں ساروں کی فیس کوالٹی چیک کر لو ماشاء اللہ سے بڑی بچڑیاں ہیں بالکل 3-4 بچڑیاں ہیں جو ادھر جا کے سیمینیٹ آپ کروا سکتے ہو یہ بھی ہیٹ پہ آئی ہے یہ بھی ہیٹ پہ ہے ٹھیک ہے یہ بھی ہیٹ پہ ہے ایک وہ ایک یہ بھی 3-4 ہیٹ پہ ہیں ابھی جا کے سیمینیٹ کروا سکتے ہو آپ باقی تسلی سے آپ کو میں نے دکھا دی ہیں کچھ دنیا ہیں باقی کیری ہیں تسلی سے آپ دکھا لو یہ بچڑی چیک کرو انشاءاللہ تعالی پرا یاد کریں گے انشاءاللہ جہو جی بچی دیواں گے سڈا کاروبار انشاءاللہ پکا ہوں گا ٹھیک ہو گیا باقی ماشاءاللہ آپ کو بچڑی کا درشن کروا دیا گیا جس بھائی کو جو بچڑی پسند ہو زین بھائی کا نمبر آپ کے ساتھ شیئر کر دیا گیا ہے جس بھائی کو کوئی بچڑی پسند ہو ڈاکٹر آپ ساتھ لے آئیں ڈاکٹر سے تسلی کروا کے مال لے سکتے ہو وہ کہہ رہا ہے کہ میری گارنٹی ہوگی اگر
بچڑیوں کی تسلی کروا کے میں آپ کو دوں گا. باقی اسی کے ساتھ اپنے بھائی برادر کو دیجیے اجازت, ملتے ہیں کسی نیکسٹ ویڈیو میں. تب تک اپنا خیال رکھنا, دعاؤں میں یاد رکھنا. اگر آپ گائے, بڑی گائے اور امپورٹڈ بچڑیوں کا شوق رکھتے ہو میرا چینل وزٹ کریں, اور بھی بہت ساری آپ کو ویڈیو مل جائیں گی. ملتے ہیں کسی نیکسٹ ویڈیو میں, تب تک اپنے بھائی کو دیجیے اجازت, دعاؤں میں یاد رکھنا. اللہ حافظ. اللہ نگہبان. پاکستان زندہ باد.